స్వహూమున పరముఖత సంశత్రుమంత कोशिश करो अब आप काफी बैठे हो सलवार सारे डिग्री बैठे हो सलवार बोलो सलवार ਸਾਲ ਤੋਂ ਲੈ ਕੇ ਅੱਜ ਤੱਕ ਬਾਈ ਅਖਤਰ ਹਰ ਦੌਰ ਦੇ ਯਜ਼ੀਦ ਦੀ ਕੋਸ਼ਿਸ਼ ਰਹੀ ਹੈ ਕਿ ਨਾਮ ਹੁਸੈਨ ਮਿਲ ਜਾਵੇ ਕਦੀ ਜਲੂਸਾਂ ਤੇ ਬੰਬ ਧਮਾਕੇ ਕਦੀ ਜਲੂਸਾਂ ਤੇ ਫਾਇਰਿੰਗ ਇਹਨਾਂ ਦੇ ਜ਼ਿਹਨ 'ਚ ਭੁੱਲ ਲੱਗੀ ਹੋਈ ਸ਼ੀਆ ਮੌਤ ਤੋਂ ਘਬਰਾ ਵੈਸੇ ਨਹੀਂ ਆਜ਼ਾਦਾਨੀ ਦਾ ਰੁਖ ਵੈਸੇ ਲੇਕਿਨ ਮਿੰਬਰ ਤੇ ਖੜ ਕੇ ਆਈ ਦੇ ਦੌਰ ਦੇ ਯਜ਼ੀਦ ਦੇ ਨਾਲ ਚਾਰ ਸਤਰਾਂ 'ਚ ਗੱਲ ਕਰਨਾ ਚਾਹੁੰਦਾ ਪ੍ਰੋਗਰਾਮ ਚਾਰ ਸਤਰਾਂ ਸੁਣਾਓ ਜ਼ਿਕਰ ਮੌਲਾ ਤੁਹਾਨੂੰ ਸਲਾਮਤ ਰੱਖੇ ਜ਼ਿੰਦਾ ਸਲਾਮਤ ਰਹੋ ਮੈਂ ਇੱਕ ਦੋ ਜਨਾਬ ਨੂੰ ਹੁਣ ਕਸੀਦੇ ਸੁਣਾਵਾਂ ਕਿਹੜਾ ਜੀ ਮੈਨੂੰ ਤਾਂ ਨਹੀਂ ਪਤਾ ਕਿਹੜਾ ਪੁਰਾਣਾ ਪੜ੍ਹਦੇ ਅੱਛਾ ਠੀਕ ਹੈ ਕਸੀਦੇ ਤੁਹਾਨੂੰ ਸੁਣਵਾਉਂਦੇ ਹਾਂ ਕਸੀਦਾ ਹੁਸੈਨ ਬਾਦਸ਼ਾਹ ਦੀ ਉਜ਼ਮਤ ਦਾ ਕਿਉਂਕਿ ਹੁਸੈਨ ਬਾਦਸ਼ਾਹ ਜ਼ਮਾਨੇ ਦਾ ਉਹ ਬਾਦਸ਼ਾਹ ਹੈ ਜਿਹੜਾ ਜ਼ਮਾਨੇ 'ਚ ਹਿੱਕੇ ਦੁਨੀਆ 'ਤੇ ਆਏ ਹਿੱਕੇ ਔਰ ਕਿਆਮਤ ਤੱਕ ਰਾਸੀ ਹਿੱਕੋ ਤੁਸੀਂ ਅੱਜ ਦੇ ਦੌਰ 'ਚ ਨਿਗਾਹ ਕਰੋ ਤੁਹਾਨੂੰ ਅੱਜ ਦੇ ਦੌਰ 'ਚ ਲੱਖਾਂ ਯਜ਼ੀਦ ਨਜ਼ਰ ਆ ਰਹੇ ਲੇਕਿਨ ਦੁਬਾਰਾ ਹੁਸੈਨ ਬਾਦਸ਼ਾਹ ਦੁਨੀਆ 'ਤੇ ਨਹੀਂ ਆਏ ਜ਼ਿਹਨੀ ਸਵਾਲ ਉੱਠਦੇ ਤਾਰੀਫ ਯਜ਼ੀਦ ਨੂੰ ਹਰ ਦੌਰ ਹੀ ਦੁਹਰਾਏ ਦੁਬਾਰਾ ਹੁਸੈਨ ਬਾਦਸ਼ਾਹ ਦੁਨੀਆ 'ਤੇ ਕਿਉਂ ਨਹੀਂ ਆਏ ਵਜ੍ਹਾ ਕਦੇ ਨਾ ਸਰ ਚੌਡੇ ਕੋ ਮੇਰੇ ਪਾਸੇ ਵਜ੍ਹਾ ਕਿਆ ਹੈ ਕਿਉਂਕਿ ਯਜ਼ੀਦ ਦੀ ਮਾਂ ਆਈ ਮੈਂ ਸੁਣਨਾ ਹੁਸੈਨ ਦੀ ਮਾਂ ਆਈ ਬਤੂਲ ਮੈਂ ਸੁਣਨਾ ਜਿਹੀਆਂ ਬਦ ਕਿਰਦਾਰ ਔਰਤਾਂ ਤਾਂ ਹਰ ਦੌਰ 'ਚ ਪੈਦਾ ਹੁੰਦੀਆਂ ਰਹੀਆਂ ਉਹਨਾਂ ਜੋ ਲੱਖਾਂ ਯਜ਼ੀਦ ਜਮਦੇ ਰਹੇ ਹੁਸੈਨ ਬਾਦਸ਼ਾਹ ਦੁਬਾਰਾ ਦੁਨੀਆ 'ਤੇ ਇਸ ਵਾਸਤੇ ਨਹੀਂ ਆਏ ਹੁਸੈਨ ਦੀ ਮਾਂ ਆਈ ਬਤੂਲ ਅੱਲਾਹ ਨੇ ਜ਼ਹਰਾ ਦੇ ਬਾਅਦ ਨਦੂ ਜੀ ਬਤੂਲ ਬੜਾਈਏ ਨਦੂ ਜਾ ਹੁਸੈਨ ਦੁਨੀਆ ਜਹਿੰਦੀ ਕਾਇਨਾਤ ਮਮਨੂਨ ਹੈ ਚਾਹੇ ਜਿਸ ਮਸਲਕ ਨਾਲ ਹੀ ਕੋਈ ਬੰਦਾ ਤਲਕ ਰੱਖਦਾ ਹੈ ਸਿਰਫ ਸ਼ੀਆ ਸੁੰਨੀ ਦਾ ਸਵਾਲ ਨਹੀਂ ਜਿਸ ਮਸਲਕ ਨਾਲ ਹੀ ਭਾਵੇਂ ਗੈਰ ਮੁਸਲਿਮ ਹੀ ਹੈ ਉਹ ਗਾਰੇ 'ਚ ਬਹਿੰਦਾ ਹੈ ਉਹਨੂੰ ਮਾਂ ਧੀ ਭੈਣ ਬੀਵੀ ਦੇ ਰਿਸ਼ਤੇ ਦੀ ਤਮੀਜ਼ ਹੈ ਤਾਂ ਵੱਧ ਸ਼ੁਕਰੀਆ ਅਦਾ ਕਰੀ ਮੇਰੇ ਆਕਾ ਹੁਸੈਨ ਜਿਸਨੇ ਇਹਨਾਂ ਰਿਸ਼ਤਿਆਂ ਦੀ ਤਮੀਜ਼ ਦਰਸਾਈ ਹੈ ਹੁਸੈਨ ਬਾਦਸ਼ਾਹ ਤਾਂ ਮੁਸਲ ਇਨਸਾਨੀਅਤ ਜਨ ਗੈਰ ਮੁਸਲਿਮ ਮੰਨ ਗਏ ਹਿੰਦੂ ਮੰਨ ਗਏ ਅੰਗਰੇਜ਼ ਮੰਨ ਗਏ ਈਸਾਈ ਮੰਨ ਗਏ ਇਹ ਮੁਹਰਮ ਦਾ ਚੰਦ ਚੜ੍ਹਨ ਵਾਲਾ ਇੱਕ ਦਿਨ ਗੁਰੂ ਨਾਨਕ ਆਪਣੇ ਮੁਰੀਦਾਂ ਨੂੰ ਲੈਕਚਰ ਦੇ ਰਿਹਾ ਜੇ ਮੁਹਰਮ ਦਾ ਚੰਦ ਚੜ੍ਹਦਾ ਪਿਆ ਤੁਸੀਂ ਹੁਸੈਨ ਬਾਦਸ਼ਾਹ ਦੀਆਂ ਨਿਆਜ਼ਾਂ ਹੀ ਪਕਾਉਣੀਆਂ ਸਬੀਲਾਂ ਵੀ ਲਾਉਣੀਆਂ ਇਹ ਮਾਤਮਦਾਰੀ ਜੀ ਤੁਸੀਂ ਸ਼ਿਰਕਤ ਕਰਨੀ ਹੈ ਇੱਕ ਮੁਰੀਦ ਬੜਾ ਘਾਲ ਲੱਭੇ ਉੱਠੀ ਕਰੋ ਤਾਂ ਦੇਖਿਆ ਤਾਂ ਸਰਕਾਰ ਹੁਸੈਨ ਮੁਸਲਮਾਨ ਦਾ ਰਾਹ ਨੁਮਾਏ ਸਾਰੇ ਕੰਮ ਅਸਰ ਕਿਉਂ ਕਰੀਏ ਗੁਰੂ ਨਾਨਕ ਆਦਿਆ ਖਬਰਦਾਰ ਸਿਰਫ ਹੁਸੈਨ ਮੁਸਲਮਾਨ ਦਾ ਨਹੀਂ ਹਰ ਗੈਰਤਮੰਦ ਦਾ ਰਾਹ ਨੁਮਾ ਦੇਖ ਕੇ ਤਾਂ ਸਰਕਾਰ ਕੁਝ ਵਜ਼ਾਹਤ ਨਾਲ ਦੱਸੋ ਤਾਂ ਕਿ ਮੈਨੂੰ ਵੀ ਸਮਝ ਆਵੇ ਬਾਕੀ ਨਹੀਂ ਸਮਝ ਆਵੇ ਗੁਰੂ ਨਾਨਕ ਆਦਿਆ ਤੂੰ ਮੈਨੂੰ ਕੀ ਸਮਝਦਾ ਹੈ
ਇਹ ਮੁਰੀਦ ਦੇਖ ਕੇ ਆਦੇ ਸਰਕਾਰ ਮੇਰੇ ਤੋਂ ਸਗੁਰੂ ਹੋ, ਗੁਰੂ ਨਾਨਕ ਕਹਿੰਦੇ ਬਾਅਦ ਮੇਰੇ ਵਾਸਤੇ ਕੀ ਕੁਝ ਕਰ ਸਕਦੇ। ਇਹ ਆਦੇ ਸਰਕਾਰ ਆਖੋ ਤਾਂ ਸਰ ਤੰਤ ਜੁਦਾ ਕਰ ਸਕਦਾ। ਉਸ ਵੇਲੇ ਗੁਰੂ ਨਾਨਕ ਕਹਿੰਦੇ ਸਰ ਤੰਤ ਜੁਦਾ ਨਾ ਕਰ, ਬਾਈ ਸਬਦਰ ਗੁਰੂ ਨਾਨਕ ਦੇ ਬਸ ਦੇਖ ਕੇ ਆਦੇ ਮੇਰੀ ਮਨ ਅਗਰ ਘਰ 'ਚ ਬਹਿਣ ਲਈ ਮੈਂ ਤੈਨੂੰ ਹੁਕਮ ਪੈ ਦੇਣਾ, ਜਾ ਉਹਦੇ ਨਾਲ ਜਾ ਕੇ ਨਿਕਾਹ ਕਰ। ਅਤੇ ਬੰਦਾ ਕੰਬਣ ਲੱਗ ਪਿਆ, ਪੈਰਾਂ ਹੇਠ ਜ਼ਮੀਨ ਨਿਕਲ ਪਈ। ਹੈਰਾਨ ਹੋ ਕੇ ਤਾਂ ਸਰਕਾਰ ਮੈਂ ਬਹਿਣ ਨਾਲ ਨਿਕਾਹ ਕਰਾਂ? ਗੁਰੂ ਨਾਨਕ ਆਦੇ ਸਰ ਤੰਤ ਜੁਦਾ ਕਰਨ ਨੂੰ ਤਿਆਰ ਹੈ, ਬਹਿਣ ਨਾਲ ਨਿਕਾਹ ਕਿਉਂ ਨਹੀਂ ਕਰਦਾ? ਉਸ ਵੇਲੇ ਦੇਖ ਕੇ ਸਰਕਾਰ ਮੇਰਾ ਜ਼ਮੀਰ ਇਜਾਜ਼ਤ ਨਹੀਂ ਦੇਦਾ। ਗੁਰੂ ਨਾਨਕ ਆਦੇ ਚੱਲਿਆ, ਉਸੇ ਜ਼ਮੀਰ ਦਾ ਵਾਰਿਸ ਤਾਂ ਹੁਸੈਨ ਹੈ। ਜਿਹੜਾ ਜ਼ਮੀਰ ਹੈ, ਆਓ ਜੀ ਆਓ ਜੀ ਆਓ ਜੀ, ਬਿਸਮਿਲ੍ਲਾ, ਠੀਕ ਹੋ ਜੀ, ਤਵੱਜੋ ਹੈ ਮੇਰੇ ਪਾਸ। ਤੁਹਾਡੇ ਇਲਾਕੇ ਦਾ ਬਹੁਤ ਹੀ ਪਿਆਰਾ ਜ਼ਾਕਿਰ ਹੈ, ਮੌਲਾ ਦੀ ਜ਼ਿੰਦਗੀ ਦਰਾਜ਼ ਕਰੇ, ਮੌਲਾ ਦੀ ਜ਼ੁਬਾਨ ਵਿੱਚ ਹੋਰ ਜ਼ਿਆਦਾ ਤਾਸੀਰ ਦਾ। ਗੁਰੂ ਨਾਨਕ ਨੇ ਕਿਹਾ ਦੇ ਜਿਹੜਾ ਜ਼ਮੀਰ ਤੈਨ ਵਾਰ ਵਾਰ ਕਮਰੋਂ ਕਰਨ ਤੋਂ ਰੋਕ ਰਹੇ, ਸਮਝ ਕੇ ਉਸ ਜ਼ਮੀਰ ਦੇ ਪਿੱਛੇ ਹੱਥ ਹੋ ਸਕਦਾ ਹੈ। ਅਤੇ ਹਰ ਬਾ ਜ਼ਮੀਰ ਇਨਸਾਨ ਨੂੰ ਇਹਨਾਂ ਰਿਸ਼ਤਿਆਂ ਦੀ ਤਮੀਜ਼ ਦਸਾਈਏ। ਐਸੇ ਮੁਸਨ ਇਨਸਾਨੀਅਤ, ਮੁਸਨ ਸ਼ਰਾਫਤ ਦੀ ਅਜ਼ਮਤ ਦਾ ਮੈਂ ਜਨਾਬ ਨੂੰ ਕਸੀਦਾ ਸੁਣਾਵਾਂ, ਔਰ ਕਸੀਦੇ ਦੇ ਰੰਗ ਦੇ ਵਿੱਚ ਇੱਕ ਸਲਾਹ ਦੇਣਾ ਚਾਹੁੰਦਾ, ਇੱਕ ਮਸ਼ਵਰਾ ਦੇਣਾ ਚਾਹੁੰਦਾ। ਕੋਈ ਮੰਨ ਲਵੇ ਉਹਦੇ ਬੱਲੇ ਦੀ ਗੱਲ ਨਹੀਂ, ਕੋਈ ਨਾ ਮੰਨੇ ਬਾਅਦ ਵੰਜੇ ਦੂਹ ਵਾਲੇ ਪਾਸੇ ਹੋਰ ਟਿਕਾਣਾ ਹੀ ਕੋਈ। ਸਾਡੀ ਪੰਜਾਬੀ ਦੀ ਕਹਾਵਤ ਹੈ ਨਾ, ਇਹ ਕੋਈ ਕਿਉਂਕਿ ਪਰੇ ਦੇ ਲੋਕ ਬੈਠੇ ਹੋ, ਜਦੋਂ ਕੋਈ ਪਰੇ ਦੇ ਵਿੱਚ ਲੋਕ ਬਣਦੇ ਨਾ, ਅਤੇ ਜਿਹੜਾ ਬੰਦਾ ਗੱਲ ਨਾ ਮੰਨਦਾ ਪਿਆ ਹੋਵੇ ਤਾਂ ਉਹਨੂੰ ਬੰਦੇ ਆ ਦਿਨ ਯਾਰ ਇੱਕ ਗੱਲ ਮੰਨ ਲੈ ਵੀ ਤੇਰਾ ਬੱਲਾ ਹੈ, ਮੰਨ ਲੈ ਤੇਰੇ ਬੱਲੇ ਦੀ ਗੱਲ ਹੈ। ਅਤੇ ਗੱਲ ਵੀ ਮੈਂ ਹੀ ਆ ਬੱਲੇ ਦੀ ਕਰਨ ਲੱਗਾ, ਸਿਰਫ ਸ਼ੀਆ ਸੁੰਨੀ ਵਾਸਤੇ ਨਹੀਂ, ਪੂਰੀ ਕਾਇਨਾਤ ਵਾਸਤੇ, ਹਰ ਇਨਸਾਨ ਵਾਸਤੇ ਜਿਹੜਾ ਆਪਣੇ ਆਪ ਨੂੰ ਬਾਸ਼ਊਰ ਔਰ ਗੈਰਤਮੰਦ ਸਮਝਦਾ। ਪ੍ਰੋਗਰਾਮ ਹੋਵੇ ਤਾਂ ਅਸੀਂ ਤਾਂ ਸੁਣਾਵਾਂ। ਗੱਲ ਮੰਨ ਲੈਣ ਵਿੱਚ ਤੇਰਾ ਬੱਲਾ ਹੈ, 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 ਗੱਲ ਸਰ ਜਾਣਾ ਵਿੱਚ ਤੇਰਾ ਬੱਲਾ ਹੈ, ਗੱਲ ਮੰਨ ਲੈਣ ਵਿੱਚ ਤੇਰਾ ਬੱਲਾ ਹੈ, ਜੇ ਕੋਈ ਨਾ ਵੀ ਮੰਨੇ ਸਾਨੂੰ ਘਰ ਚੱਲਾ ਹੈ, ਜਗ ਤੇ ਹੁਸੈਨ ਕੱਲਾ ਹੈ। ਵਾਧੂ ਸਲਾਮਤ ਰਹੋ, ਹੁਣ ਫਰਦੇ ਸਾਨੀ ਤੇ ਪੂਰਾ ਗੌਰ ਕਰਨਾ ਹੈ। ਗੱਲ ਮੰਨ ਲੈਣ ਵਿੱਚ ਤੇਰਾ ਬੱਲਾ ਹੈ, 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 ਜੇ ਕੋਈ ਨਾ ਵੀ ਮੰਨ ਸਾਨੂੰ ਘਰ ਚੱਲਾ ਹੈ, ਜੱਗ ਤੇ ਹੁਸੈਨ ਕੱਲਾ ਹੈ, ਉਹ ਜੱਗ ਤੇ ਹੁਸੈਨ ਕੱਲਾ ਹੈ, ਮਤ ਸਮਝੇ ਕੋਈ ਗੱਲ ਵਿੱਚ ਰੱਲਾ ਹੈ, ਮਤ ਸਮਝੇ ਕੋਈ ਗੱਲ ਵਿੱਚ ਰੱਲਾ ਹੈ, ਜਿਵੇਂ ਸਾਰੀ ਕਾਇਨਾਤ ਵਿੱਚ ਅੱਲਾ ਹੈ, ਜੱਗ ਤੇ ਹੁਸੈਨ ਕੱਲਾ ਹੈ। ਮੌਲਾ ਤੁਹਾਨੂੰ ਸਲਾਮਤ ਰੱਖੇ, ਜ਼ਿੰਦਾ ਸਲਾਮਤ ਰਹੋ। ਸ਼ੇਰ ਸੁਣਵਾਵਾਂ, ਹਲਾਲੀਆਂ ਮਵਾਲੀਆਂ ਦੇ ਹਾਂ ਠਰ ਜਾਵੇਂ, ਜਿਹੜੇ ਬੰਦੇ ਨੂੰ ਜ਼ਿਆਦਾ ਗਰਮੀ ਲੱਗੀ ਬੈਠੀ ਨੇ, ਇੱਕ ਵਾਰੀ ਜਾਗ ਪਵੇ ਤੇ ਦੇਖੇ ਮੇਰੇ ਪਾਸੇ, ਜ਼ੁਬਾਨ ਦੇ ਵਿੱਚੋਂ ਅਲੀ ਅਲੀ ਦੀ ਸਦਾ ਨਾ ਹੋਵੇ, ਬਾਅਦ ਪੀਰ ਮੁਸ਼ਤਾਕ ਸ਼ਾਹ ਦੀਆਂ ਜੁੱਤੀਆਂ ਚਾਹੁੰਦਾ ਫਿਰਦਾ ਹੀ ਕੋਈ। ਤਵੱਜੋ ਛੱਡਦੇ, ਸ਼ੇਰ ਸੁਣਵਾਵਾਂ, ਪਾਕ ਸਰਵਰੇ ਕਾਇਨਾਤ ਦਾ ਹੁਸੈਨ ਬਾਦਸ਼ਾਹ ਦੇ ਨਾਲ ਪਿਆਰ ਸੁਣਵਾਵਾਂ, ਨਾਨੇ ਦਾ ਨਵਾਸੇ ਨਾਲ ਪਿਆਰ ਕਿਤਨਾ ਹੀ। ਪਾਕ ਸਰਵਰੇ ਕਾਇਨਾਤ ਮਿੰਬਰ ਤੇ ਹੋਵੇ ਨਾ, ਜ਼ਹਿਰੀ ਬਚਪਨ ਹੋਵਿਆ ਮੇਰੇ ਮੁਰਸ਼ਿਦ ਹੁਸੈਨ ਦੇ ਨੂੰ, ਹੁਸੈਨ ਦਾਖਲ ਹੋਇਆ ਨਬੀਆਂ ਦੇ ਸੁਲਤਾਨ ਦੀ ਦੀਦ ਪਵਿਆ, ਮਿੰਬਰ ਛੁੱਟ ਵੱਜਿਆ, ਜਲਦੀ ਦੇ ਨਾਲ ਆ ਕੇ ਨਵਾਸੇ ਨੂੰ ਚਾਵੇ ਨਾ, ਹਾਂ ਦੇ ਨਾਲ ਲਾਵੇ ਨਾ, ਮੂੰਹ ਚੁਮੇ ਨਾ, ਈਦ ਦੀ ਦੀਵਾਰ ਆਵੇ ਆ, ਬੱਲੇਲ ਦੀਆਂ ਜ਼ੁਲਫਾਂ ਨਾ ਪਾਵੇ ਨਾ, ਮੋਹਰੇ ਨਬੂਅਤ ਤੇ ਸਵਾਰ ਕਰੇ ਨਾ, ਕਦੀ ਉਸ ਗੱਲੀ ਕਦੀ ਉਸ ਬਾਜ਼ਾਰ। ਸਰ ਜਾ ਹੁਣ ਜੈ ਸ਼ੇਰ ਦਾ ਲੁਤਫ ਲੈਣਾ, ਆਓ ਡਸਾਵਾਂ ਬਚਪਨ ਦੇ ਵਿੱਚ ਮੇਰੇ ਮੁਰਸ਼ਿਦ ਹੁਸੈਨ ਦੇ ਨਾਨੇ ਨੇ ਕਿਸੇ ਕਿਸੇ ਨਾਲ ਕਾਇਨ, ਸ਼ੇਰ ਤੇ ਪੂਰਾ ਗੌਰ ਕਰਨਾ ਹੈ। ਕਿਹੜਾ ਕਿਹੜਾ ਲਾਲ ਲੈ, ਕਿਹੜਾ ਕਿਹੜਾ ਲਾਲ,
ਤੁਹਾਨੂੰ ਸਲਾਮਤ ਰੱਖੇ, ਜ਼ਿੰਦਾ ਸਲਾਮਤ ਰਹੋ। ਡਾਕੂ ਆਰ ਲੋਕ ਨਹੀਂ ਅੱਗੂ ਹੋਵੋ, ਤੁਹਾਡੀਆਂ ਦੀ ਨੀਅਤ ਰਾਜ ਹੋਵੇ। ਹੁਣ ਮਜ਼ੀਦ ਸ਼ੇਰ ਦਾ ਲੁਤਫ ਲੈਣਾ ਹੈ, ਹੁਣ ਮਜ਼ੀਦ ਖੂਬਸੂਰਤੀ ਪੈਦਾ ਕਰ ਰਿਹਾ ਸ਼ੇਰ ਦੇ ਵਿੱਚ। ਪਾਕ ਸਰਵਰੇ ਕਾਇਨਾਤ ਨੇ ਨਵਾਸੇ ਦੇ ਕਿਸ ਕਿਸ ਨਾਜ਼ ਉਠਾਏ ਨੇ, ਸ਼ੇਰ ਤੇ ਪੂਰਾ ਗੌਰ ਕਰਨਾ ਹੈ। ਸਰ ਮੁਬਾਰਕ ਥਾ ਸਜਦੇ ਅੰਦਰ ਨਮਾਜ਼ ਸਰਵਰ ਪੜ੍ਹਾ ਰਹੇ ਥੇ, ਹਜ਼ੂਰ ਆਗੇ ਸਾਹਬਾ ਪੀਛੇ ਕਰ ਫਰਜ਼ ਆਪਣਾ ਅਦਾ ਰਹੇ ਥੇ। ਮਾਹੌਲ ਐਸੇ ਮੇਂ ਮੁਸਕਰਾਤੇ ਹੋਏ ਵੋ ਸ਼ਫੀਰ ਆ ਰਹੇ ਥੇ। ਹੁਸੈਨ ਪੁਸ਼ਤੇ ਨਬੀ ਪੇ ਬੈਠੇ ਯੇ ਗੁਲ ਜਹਾਂ ਕੋ ਦਿਖਾ ਰਹੇ ਥੇ। ਪੀਏਗਾ ਕੌਸਰ ਮਿਲੇਗੀ ਜੰਨਤ, ਉਸੀ ਕੋ ਮਾਸਰ ਮੇਂ ਚੈਨ ਹੋਗਾ। ਨਮਾਜ਼ ਉਸਕੀ ਕਬੂਲ ਹੋਗੀ ਕਿ ਜਿਸਕੇ ਦਿਲ ਮੇਂ ਹੁਸੈਨ ਹੋਗਾ। ਇਸ ਦਾ ਮਨਾਇਆ ਲੱਲ ਕਿਹੜਾ ਕਿਹੜਾ ਜਾਗਦੇ ਬੈਠੇ ਹੋ ਜੀ। ਮੁਸਤਫਾ ਦੀ ਕੰਡ ਮੇਰੇ ਪੀਰ ਦਾ ਮੁਸੱਲਾ ਹੈ, ਜਾਗਦੇ ਹੁਸੈਨ ਨਿਕਲਦਾ ਹੈ। ਬਿਸਮਿਲ੍ਲਾ ਕਰਾਂ, ਆਬਾਦ ਸਲਾਮਤ ਰਹੋ। ਪ੍ਰੋਗਰਾਮ ਹੈ, ਦੂਸਰਾ ਸ਼ੇਰ ਪੜ੍ਹਾ। ਭਾਈ ਤਨਵੀਰ ਪਾਕ ਸਰਵਰੇ ਕਾਇਨਾਤ ਦੇ ਫਰਮਾਨ ਦੀ ਤਰਜਮਾਨੀ ਸ਼ੇਰ ਪੜ੍ਹਨ ਲੱਗਾ। ਅਲ ਹੁਸੈਨ ਮਿੰਨੀ ਵਾ ਨਾ ਮਿਨ ਅਲ ਹੁਸੈਨ, ਕਿ ਹੁਸੈਨ ਮੇਰੇ ਵਿੱਚੋਂ ਏ, ਮੈਂ ਹੁਸੈਨ ਵਿੱਚੋਂ ਆ। ਪਾਕ ਸਰਵਰ ਕਾਇਨਾਤ ਨੇ ਘਰ 'ਚ ਬਹਿ ਕੇ ਨਹੀਂ ਫਰਮਾਇਆ, ਲੱਖਾਂ ਸਾਹਬੀਆਂ ਦੇ ਮਜਮੇ 'ਚ ਖੜੋ ਕੇ। ਔਰ ਇਸ ਸ਼ੇਰ ਦੇ ਆਖਿਰ 'ਤੇ ਇੱਕ ਲਫ਼ਜ਼ ਆਪਣੇ ਖੱਲਾ, ਜਿਵੇਂ ਸ਼ੁਰੂ ਕੀਤਾ ਨਾ, ਜਗ 'ਤੇ ਹੁਸੈਨ ਕੱਲੇ, ਮੁਸਤਫਾ ਦੀ ਕੰਢ ਮੇਰੇ ਪੀਰ ਦਾ ਮੁਸੱਲਾ ਹੈ। ਅਤੇ ਹੁਣ ਲਫ਼ਜ਼ ਇਸਤੇਮਾਲ ਹੋਣ ਲੱਗੇ ਖੱਲਾ, ਖੱਲਾ ਇਸਤੇਮਾਲ ਹੋਣ ਲੱਗੇ ਦੁਸ਼ਮਣ ਹੁਸੈਨ ਵਾਸਤੇ। ਤੁਹਾਡੇ ਇਸ ਸ਼ੇਰ ਦੇ ਉੱਤੇ, ਮੇਰੇ ਸ਼ੇਰ ਦੇ ਉੱਤੇ ਦਾਤ ਤੁਹਾਡੀ ਇਤਨੀ ਹੋਣੀ ਚਾਹੀਦੀ ਜੇ ਖੱਲਾ ਲੱਗੇ ਦੁਸ਼ਮਣ ਹੁਸੈਨ ਦੇ ਮੂੰਹ ਦੇ। ਲੁਤਫ ਲੈਣਾ ਇਸ ਲਫ਼ਜ਼ ਦਾ। ਪਾਕ ਸਰਵਰੇ ਕਾਇਨਾਤ ਨੇ ਘਰ 'ਚ ਬਹਿ ਕੇ ਨਹੀਂ ਫਰਮਾਇਆ, ਕਿਉਂਕਿ ਇਸ ਹਦੀਸ ਨੂੰ ਦੂਸਰੇ ਭਾਈਆਂ ਨੇ ਇਸ ਰਵਾਇਤ ਨੂੰ, ਹਦੀਸ ਨੂੰ ਨਕਲ ਕੀਤਾ ਕਿ ਵਾਕਈ ਪਾਕ ਸਰਵਰੇ ਕਾਇਨਾਤ ਨੇ ਫਰਮਾਇਆ, ਅਲ ਹੁਸੈਨ ਨੂੰ ਮਿੰਨੀ ਵਾ ਨਾ ਮਿਨ ਅਲ ਹੁਸੈਨ, ਜਿੱਥੇ ਸਹਾਬੀ ਢੇਰ ਹੋਵੇ ਨਾ, ਮੁਕਰੂ ਵੀ ਢੇਰ ਹੋਵੇ ਨਾ, ਉਥਾਂ ਹੀ ਤਾਂ ਹੁਸੈਨ ਬਾਦਸ਼ਾਹ ਦਾ ਸ਼ਾਨ ਦਸਾਵੇ ਨਾ। ਪਾਕ ਸਰਵਰੇ ਕਾਇਨਾਤ ਕਿਹੜਾ ਕੰਮ ਕਰੇ ਨਾ, ਹੁਸੈਨ ਨੂੰ ਚਾਵੇ ਨਾ, ਹਾਂ ਦੇ ਨਾਲ ਲਾਵੇ ਨਾ, ਪਹਿਲੇ ਮੁਕੰਮਲ ਹੁਸੈਨ ਦੀ ਫਜ਼ੀਲਤ ਲੋਕਾਂ ਨੂੰ ਦਸਾਵੇ ਨਾ, ਬਸ ਲੋਕਾਂ ਦੇ ਪਾਸ ਦੇਖ ਕੇ ਮੂੰਹ ਚੁੰਮ ਕੇ ਪਾਕ ਸਰਵਰੇ ਕਾਇਨਾਤ ਇਹੋ ਕੁਝ ਫਰਮਾਵੇ ਨਾ। ਅੱਖਿਆਂ ਦਾ ਨੂਰ ਮੇਰੇ ਦਿਲ ਦਾ ਵਿੱਚ ਹੁਸੈਨ ਜਿਹੜਾ ਵੀ ਨਾ ਮੰਨੇ ਉਹਦੇ ਸਿਰ ਵਿੱਚ ਖੱਲਾ ਹੈ।